15 ਫੁੱਟ ਰਸਤਾ ਤਾਂ 25 ਤੋਂ 30 ਫੁੱਟ ਕਰ ਲਿਆ ਮਾਈਨਿੰਗ ਮਾਫੀਆ ਨੇ ਜਿਹਦੇ ਵਿੱਚ ਪੰਜਾਬ ਸਰਕਾਰ ਦਾ ਸਿੱਧਾ ਦੋਸ਼ੀ ਹੈ ਕੇਂਦਰ ਸਰਕਾਰ ਦਾ ਵੀ ਬੜਾ ਵੱਡਾ ਹੱਥ ਹੈ ਜਿਹਦੇ ਵਿੱਚ ਅਗਨੀ ਹੋਤਰੀ ਦੀ ਸ਼ਮੂਲੀਅਤ ਤੇ ਹੁਣ ਦੀ ਸਰਕਾਰ ਦੀ ਹੁੰਦੇ ਸਰਕਾਰ ਦੇ ਤੇ ਪਿਛਲੇ ਜਿਹੜੇ ਆ ਉਹ ਲਗਾਤਾਰੀ ਦੇ ਵਿੱਚ ਸ਼ਾਮਲ ਰਹੇ ਆ ਹੁਣ ਇਹ ਹੈ ਵੀ ਇਹ کئی ਗੁਣਾ ਵੱਡੀ ਪੱਧਰ ਤੇ ਚੱਲ ਰਿਹਾ ਔਰ ਦਿਨੇ ਰਾਤ ਟਿਪਰੇ ਟਿਪਰ ਨਜ਼ਰ ਆਂਦੇ ਆ ਸਾਡਾ 아니 ਮੈਂ ਸਾਹਮਣਾ ਰਾਮਪੁਰ ਬਿਰਡੋਂ ਦੀ ਕੋਈ ਕੁਦਰਤੀ ਅਸ ਵੇਲੇ ਜਿਹੜੀ ਐ ਇਹਨਾਂ ਨੇ ਕੁਦਰਤੀ ਕਰੋਪੀ ਨਾਲ ਸਮਝੀਏ ਇਹ ਮਨੁੱਖ ਕਰ ਰਿਹਾ ਇੱਕ ਗਿਣੀ ਮਿੱਥੀ ਸਾਦਸ਼ ਦੇ ਤਹਿਤ ਜਿਹੜੇ ਸਾਡੇ ਪਹਾੜ ਜੀ ਨੂੰ ਚਿੜੇ ਦੇ ਪੌ ਨਾਲ ਜਾਂ ਬਾਕੀ ਹੋਰ ਥਾਵਾਂ ਦੇ ਨਾਲ ਜਾਣਿਆ ਜਾਂਦਾ ਸੀਗਾ ਕੁਦਰਤੀ ਵਹਾਵ ਬੰਦ ਹੋ ਗਏ ਇਸ ਮਾਈਨਿੰਗ ਮਾਫੀਆ ਨੇ ਸਾਡੇ ਪਹਾੜ ਹੀ ਨਹੀਂ ਸਾਡੀ ਸਾਰੀ ਜ਼ਿੰਦਗੀ ਦਾਤੇ ਲਾਤੀ ਕਿਉਂਕਿ ਇਹ ਜਿੱਥੇ ਇੱਥੋਂ ਵੱਡੇ ਟਿੱਪਰ ਜਿਹੜੇ ਜਾ ਰਹੇ ਆ ਉਹ ਜਿੱਥੇ ਮਨੁੱਖੀ ਜਾਨੀ ਨੁਕਸਾਨ ਕਰ ਰਹੇ ਆ ਸਾਡੀ ਕੰਢੀ ਨਹਿਰ ਨੂੰ ਵੀ ਮੈਂ ਕਹਿੰਦਾ ਤੋੜਨ ਦੇ ਵਿੱਚ ਉਹਨਾਂ ਦਾ ਵੱਡਾ ਰੋਲ ਹੈ ਪਰ ਮੈਂ ਸਮਝਣਾ ਪ੍ਰਸ਼ਾਸਨ ਦੀ ਇਹਦੇ ਵਿੱਚ ਮਾਈਨਿੰਗ ਮਾਫੀਆ ਇਹਦੇ ਵਿੱਚ ਸਾਰੀ ਅੱਜ ਜਿਹੜੀ ਪੰਤਾ ਮੈਂ ਕਹਿੰਦਾ ਸਾਰੇ ਵਿਭਾਗਾਂ ਦੇ ਵਿੱਚ ਛਮੂਲੀਅਤ ਕਰ ਰਹੇ ਆ ਅੱਜ ਵੱਡਿਆਂ ਨੂੰ ਛੋਟੀਆਂ ਟਰੈਕਟਰਾਂ ਨਾਲ ਇਹਨਾਂ ਨੂੰ ਫੜਿਆ ਜਾ ਰਿਹਾ ਟਿਪਰਾਂ ਨੂੰ ਛੱਡਿਆ ਜਾ ਰਿਹਾ ਅੱਜ ਅਸੀਂ ਉਸ ਗੱਲ ਤੇ ਖੜੇ ਆ ਉਸ ਜਗ੍ਹਾ ਤੇ ਖੜੇ ਆ ਜਿਹੜਾ ਰਸਤਾ ਹਿਮਾਚਲ ਨੂੰ ਮਾਈਨਿੰਗ ਮਾਫੀਆ ਨੂੰ ਰਾਮਪੁਰ ਬਿੜੋਂ ਦੀ ਪੰਚਾਇਤ ਨੇ ਦਿੱਤਾ ਅੱਜ ਅਸੀਂ ਉਸ ਜਗ੍ਹਾ ਤੇ ਖੜੇ ਆ ਇਹ ਰਸਤਾ ਦੇਣ ਦੇ ਨਾਲ ਮਾਈਨਿੰਗ ਮਾਫੀਆ ਨੇ ਜੰਗਲ ਵੀ ਵੜ ਦਿੱਤਾ ਪਹਾੜ ਵੀ ਵੜ ਦਿੱਤੇ ਜਿਹਦੇ ਵੱਢਣ ਦੇ ਨਾਲ ਵਾਤਾਵਰਨ ਵੀ ਖਰਾਬ ਹੋਇਆ ਤੇ ਪਾਣੀ ਜਿਹੜਾ ਮੀਂਹ ਪਿਆ ਕੱਲ ਕੁਝ ਘੰਟੇ ਉਸ ਪਾਣੀ ਨੇ ਉਸ ਮੀਂਹ ਨੇ ਇਹਨਾਂ ਦੀ ਪੋਲ ਖੋਲ ਦਿੱਤੀ ਮਾਈਨਿੰਗ ਮਾਫੀਆ ਦੀ ਪੋਲ ਖੋਲ ਦਿੱਤੀ ਜਿਹਨ ਰਸਤਾ ਦਿੱਤਾ ਉਹਦੀ ਵੀ ਪੋਲ ਖੁੱਲ ਗਈ ਪੰਜਾਬ ਸਰਕਾਰ ਦੀ ਪੋਲ ਵੀ ਖੁੱਲ ਗਈ ਆਹੜਾ ਪਾਣੀ ਜਿੱਥੇ ਅਸੀਂ ਖੜੇ ਆ ਆਹ ਪਾਣੀ ਇੱਥੋਂ ਹੁੰਦਾ ਪਿੰਡਾਂ ਨੂੰ ਗਿਆ ਇੱਕ ਜਗ੍ਹਾ ਤੋਂ ਨਹੀਂ ਗਿਆ ਉਹ ਪਰੇ ਤੱਕ ਤਿੰਨ ਚਾਰ ਜਗ੍ਹਾ ਪਾਣੀ ਘੁੰਮਿਆ ਇਹ ਪਾਣੀ ਘੁੰਮ ਕੇ ਪਲੇਨ ਏਰੀਆ ਨੂੰ ਗਿਆ ਰਾਸਤਾ ਜਿਹੜਾ ਆ ਸੜਕਾਂ ਜਿਹੜੀਆਂ ਪੱਕੀਆਂ ਲਿੰਕ ਬਣੀਆਂ ਸੀਆਂ ਉਹ ਵੀ ਤੋੜੀਆਂ ਤੇ ਖੇਤਾਂ ਦੇ ਜਿਹੜੇ ਵੱਟ ਬੰਨੇ ਉਹ ਤੋੜੇ ਨਹਿਰ ਤੋੜੀ ਇਹ ਪਾਣੀ ਜਿਹੜਾ ਰਸਤਾ ਦੇ ਨੇ ਦੇ ਨਾਲ ਇਹ ਸਾਰਾ ਨੁਕਸਾਨ ਹੋਇਆ ਜਿਹੜੀ ਪੰਜਾਬ ਦੀ ਸਰਕਾਰ ਆ ਇਹ ਮਾਈਨਿੰਗ ਮਾਫੀਆ ਤੋਂ ਪੈਸੇ ਲੈਂਦੀ ਆ ਇਹ ਮਹੀਨਾ ਲੈਂਦੀ ਆ ਜਿਹੜੀਆਂ ਪਹਿਲੀਆਂ ਸਰਕਾਰਾਂ ਉਹ ਵੀ ਲੈਂਦੀਆਂ ਸੀਆਂ ਜਿਹੜੀ ਹੁਣ ਦੀ ਵੀ ਸਰਕਾਰ ਆ ਹੁਣ ਰੇਟ ਵੱਧ ਗਿਆ ਮਾਈਨਿੰਗ ਮਾਫੀਆ ਦੇ ਮਾਈਨਿੰਗ ਮਾਫੀਆ ਜਿਹੜਾ ਆ ਇਹ ਸਰਕਾਰ ਦੇ ਨਾਲ ਰਲ ਕੇ ਇਹ ਕੰਮ ਸਾਰਾ ਕਰ ਰਿਹਾ ਇਹ ਜਿਹੜਾ ਕੁਦਰਤੀ ਸੌਮੇ ਆ ਇਹਨੂੰ ਕੋਈ ਵੱਢ ਨਹੀਂ ਸਕਦਾ ਪਹਾੜ ਨਹੀਂ ਵੱਢ ਸਕਦਾ ਕੁਦਰਤੀ ਸੌਮੇ ਕੋਈ ਆਪਣੇ ਹਿੱਤਾਂ ਲਈ ਨਹੀਂ ਨਿੱਜੀ ਹਿੱਤਾਂ ਲਈ ਨਹੀਂ ਵੱਢ ਸਕਦਾ ਇਹ ਕੁਦਰਤੀ ਸੌਮੇ ਜਿਹੜੇ ਆ ਆਮ ਲੋਕਾਂ ਦੇ ਆ ਪਵਰਗ ਦੇ ਸੌਮੇ ਆ ਜਿਨ੍ਹਾਂ ਸੌਮਿਆਂ ਨੂੰ ਅੱਜ ਸਰਕਾਰਾਂ ਰਲ ਕੇ ਇਹਨਾਂ ਬੇਈਮਾਨਾਂ ਨੂੰ ਪੈਸਿਆਂ ਨਾਲ ਇਹਨਾਂ ਦੇ ਘਰ ਭਰ ਰਹੀਆਂ ਇਹ ਚੰਦ ਛੱਲਣਾਂ ਦੀ ਖਾਤਰ ਅੱਜ ਮਨੁੱਖਤਾ ਨੂੰ ਮਾਰ ਰਹੇ ਆ ਆ ਜਿਹੜਾ ਹਰ ਜਿਹੜੇ ਹੁਣ ਆਣੇ ਆ ਹੁਣ ਜਿਹੜੇ ਪਾਣੀ ਮੀਂਹ ਪੈਣੇ ਆ ਇਹ ਹੁਣ ਪਹਾੜ ਵੱਢਣ ਨਾਲ ਪਾਣੀ ਰੁਕਣਾ ਨਹੀਂ ਕਿਉਂਕਿ ਜਿਹੜਾ ਪਹਾੜ ਜਿਹੜੇ ਸੀਗੇ ਉਹ ਪਾਣੀ ਨੂੰ ਰੋਕਦੇ ਸੀ ਪਾਣੀ ਨੂੰ ਡੱਕਦੇ ਸੀਗੇ ਪਾਣੀ ਜਿਹੜਾ ਆ ਇਹ ਪਹਾੜ ਜਿੰਨੇ ਵੱਢੇ ਆ ਇਹ ਪਾਣੀ ਜਿਹੜਾ ਆ ਡੱਕ ਕੇ ਇੱਕ ਸਾਈਡ ਨੂੰ ਕਰ ਦਿੰਦੇ ਸੀ ਪਾਣੀ ਨੂੰ ਹੁਣ ਜਦੋਂ ਪਹਾੜ ਵੱਢ ਹੋਣਗੇ ਇਹ ਪਹਾੜ ਨੂੰ ਵੱਢਣੇ ਬੰਦ ਕਰਵਾ ਦਿਓ ਜੰਗਲਾਂ ਨੂੰ ਵੱਢਣਾ ਬੰਦ ਕਰਾ ਦਿਓ ਲੋਕ ਵੱਜਣ ਜੇ ਨਹੀਂ ਤੁਸੀਂ ਬੰਦ ਕਰਾਣੇ ਲੋਕਾਂ ਨੇ ਤੁਹਾਨੂੰ ਵੀ ਬੰਦ ਕਰ ਦੇਣਾ ਲੋਕ ਤੁਹਾਡੇ ਘਰਾਂ ਦੇ ਮੂਹਰੇ ਤੁਹਾਨੂੰ ਐਨ ਚੱਜ ਨਾਲ ਅੰਦਰੋਂ ਬੰਦ ਕਰਨਗੇ ਇਸ ਕਰਕੇ ਅੱਜ ਅਸੀਂ ਇਹ ਕਹਿਣਾ ਚਾਹੁੰਦੇ ਆ ਮੀਡੀਆ ਦੇ ਨਹੀਂ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਇਹ ਸਰਕਾਰਾਂ ਦੇ ਇਸ਼ਾਰੇ ਨਾਲ ਹੋ ਰਿਹਾ ਸਾਰਾ ਕੰਮ ਸਰਕਾਰਾਂ ਰੋਕ ਸਕਦੀਆਂ ਸਰਕਾਰਾਂ ਨੂੰ ਬੇਨਤੀ ਆ ਵੀ ਰੋਕੋ ਇਹਨਾਂ ਨੂੰ ਜੇ ਨਹੀਂ ਰੋਕਣਾ ਤਾਂ ਲੋਕ ਰੋਕਣਗੇ ਤੇ ਆਣ ਵਾਲੇ ਸਮਝ ਤਿੱਖੇ ਸ਼ਿਕਾਸ਼ ਕਰਾਂਗੇ ਕਰਨੇ ਸਿੰਘ ਪੱਜੜ ਕੋ ਲੰਦ ਕਿਸਾਨ ਸਭਾ ਦੇ ਸਵਾਈ ਮੀਤ ਪ੍ਰਧਾਨ ਅੱਜ ਅਸੀਂ ਇੱਥੇ ਰਾਮਪੁਰ ਬਿਰੜੋਂ ਦੇ ਆ ਜਿਹੜਾ ਰਸਤਾ ਦਿੱਤਾ ਗੋਂਦਪੁਰ ਨੂੰ ਉਹ ਉੱਥੇ ਦੇਖਣ ਆਏ ਆ ਕਿਉਂਕਿ ਜਿਹੜਾ ਪਿੱਛੇ ਦਿਨਾਂ ਵਿੱਚ ਮੇ ਪਿਆ ਉਹਨ ਬਹੁਤ ਵੱਡੇ ਪੱਧਰ ਤੇ ਤਵਾਹੀ ਲੈਂਦੀ ਹੈ ਉਹ ਤਵਾਹੀ ਦਾ ਕਾਰਨ ਇਹ ਬਣਿਆ ਕਿ ਸਰਕਾਰ ਨੇ ਲੱਗ ਪੱਗ ਤਾਂ ਜਿੱਥੇ ਜਿੱਥੇ ਵੀ ਸੜਕਾਂ ਜਾਨੀਆਂ ਪਹਾੜਾਂ ਨੂੰ ਉਹ ਸਾਰੀ ਜਗ੍ਹਾ ਤੇ ਪਹਾੜ ਜਿਹੜੇ ਵੱਡ-ਵੱਡੇ ਕੇ ਹਿਮਾਚਲ ਦਾ ਪਾਣੀ ਆ ਉਹ ਪੰਜਾਬ ਚ ਐਂਟਰੀ ਲੈ ਰਾ ਦੇਤਾ ਉਹਨੂੰ ਉਹਦੇ ਨਾਲ ਹੋਇਆ ਕੀ ਆ ਹੁਣ ਇਹਨਾਂ ਦਿਨਾਂ ਦੇ ਵਿੱਚ ਹੀ ਆ ਜਿਹੜੀ ਇੱਥੋਂ ਇੱਕ ਬਰਾਤ ਨੂੰ ਵਹੀਕਲ ਜਾ ਰਿਆ ਸੀ ਉਹ ਚ 11 ਵਿਅਕਤੀ ਸੀ ਉਹਨਾਂ ਚੋਂ ਦਸਾਂ ਦੀ ਮੌਤ ਹੋ ਗਈ ਆ ਇਹ ਕਿੱਡਾ ਘਰਾਉਣਾ ਮਤਲਬ ਹਰਕਤ ਆ ਜਿਹਦੇ ਨਾਲ ਮਤਲਬ ਅੱਜ ਤੱਕ ਪਹਿਲਾਂ ਵੀ ਝੜੀਆਂ ਲੱਗਦੀਆਂ ਰਹੀਆਂ ਮੇਹ ਵੀ ਭਾਰੇ ਪੈਂਦੇ ਰਹੇ ਕਦੇ ਐਡੇ ਵੱਡੇ ਪੱਧਰ ਤੇ ਹੜ ਨਹੀਂ ਆਏ ਉਹਦਾ ਕਾਰਨ ਹੀ ਇਹ ਬਣਿਆ ਕਿ ਦੋ ਸਟੇਟਾਂ ਦੇ ਜੇ ਪਾਣੀ ਨੇ ਇਕੱਠਾ ਹੋ ਗਏ ਇੱਕ ਜਗ੍ਹਾ ਪੈਣਾ ਹੈ ਤੇ ਕੁਦਰਤੀ ਤੌਰ ਤੇ ਪਾਣੀ ਜਿਹੜਾ ਉਹ ਲੋਕਾਂ ਦਾ ਨੁਕਸਾਨ ਕਰੇਗਾ ਇੱਥੇ ਜਿਹੜਾ ਰਾਹ ਦੇਣ ਨਾਲ ਮੈਂ ਤਾਂ ਇਹ ਜੰਗਲਾਤ ਵਿੱਚ ਮੈਨੂੰ ਕਹਣਾ ਚਾਹਿਆ ਆ ਕਿ ਪਿਛਲੇ ਦਿਨਾਂ ਚ ਅਸੀਂ ਐਸ ਡੀ ਐਮ ਤੋਂ ਡੀ ਸੀ ਨੂੰ ਮੰਗ ਪੱਤਰ ਦਿੱਤੇ ਆ ਉਹਦੇ ਚ ਇਹ ਗੱਲ ਐਡ ਕੀਤੀ ਅਸੀਂ ਕਿ ਤੁਸੀਂ ਉੱਪਰ ਲੀਆਂ ਮੀਟਿੰਗਾਂ ਚ ਵੀ ਬੈਠਦੇ ਆ ਸਾਰੀਆਂ ਮੀਟਿੰਗਾਂ ਚ ਬੈਠਦੇ ਆ ਇਹ ਰਾਹ ਦਿੱਤਾ ਤਾਂ ਦਿੱਤਾ ਕਿਸ ਤਰੀਕੇ ਨਾਲ ਉਹ ਸਾਨੂੰ ਵੀ ਦੱਸ ਦਿਓ ਤੇ ਰਾਹ ਤੁਸੀਂ ਦੇ ਦਿੱਤਾ ਇਹ ਜੇ ਰਾਹ ਦਿੱਤਾ ਤੇ ਆ ਨਾਲ ਨਾਲ ਕੰਢੀ ਨਹਿਰ ਦੇ ਨਾਲ ਨਾਲ ਜਿਹੜੇ ਰਾਹ ਗੱਡੇ ਆ ਨਾ ਨੇ ਟਿਪਰਾਂ ਵਾਲਿਆਂ ਨੇ ਇਹ ਛਾਪਰ ਦੇ ਘਾਟੇ ਨੂੰ ਮਿਲਦੇ ਜਾ ਕੇ ਲੋਕਾਂ ਲਈ ਤਾਂ ਖਵਾੜੇ ਲਈ ਵੀ ਮਨਾਹੀ ਹੈ ਪਰ ਤੁਹਾਡੇ ਲਈ ਜੀਵੀਸੀਆਂ ਹੋਰ ਸਾਰਾ ਕੁਝ ਲੈਣ ਦੀ ਸਾਰੀ ਖੋਲ ਹੋਏ ਤੇ ਇਹ ਸਰਕਾਰ ਦੀ ਮਿਲੀ ਪਗਤੋ ਬਿਨਾ ਕਦੇ ਹੋਏ ਨਹੀਂ ਸਕਦਾ ਸਮਗਲਰ ਰਾਜਸਤਾ ਤੇ ਜਦੋਂ ਪ੍ਰਸ਼ਾਸਨ ਰਲ ਜਾਵੇ ਫਿਰ ਦੇਸ਼ ਦਾ ਰੱਬ ਰੱਖਾ ਹੁੰਦਾ ਇਸ ਕਰਕੇ ਕਹਿਣਾ ਚਾਹੁੰਦੇ ਆ ਸਰਕਾਰ ਪਹਿਲੀ ਚਲੇ ਗਈ ਆ ਚਲੇ ਇਹਨ ਵੀ ਜਾਣਾ ਉਸੇ ਰਾਹ ਆ ਕਹਿੰਦੇ ਅਸੀਂ ਆਮ ਆਦਮੀ ਪਾਰਟੀ ਪਰਵਰਤਨ ਮਤਲਬ ਦਿਸੂਗਾ ਤੁਹਾਨੂੰ ਬਦਲਾਅ ਦਿਸੂਗਾ ਇਹ ਬਦਲਾਅ ਤੁਹਾਨੂੰ ਲੋਕਾਂ ਨੂੰ ਦਿਸਦਾ ਇਹ ਸਰੋਗ ਨਾ ਬੱਕਰੀ ਮਰ ਗਈ ਉਹੋ ਹੀ ਰੋਗ ਬਠੋਰੇ ਨੂੰ ਜਿੱਦਾਂ ਦੇ ਉਸੇ ਉਦਾਂ ਦੇ ਇਹ ਆ ਇਸ ਕਰਕੇ ਕਹਿਣਾ ਚਾਹੁੰਦੇ ਆ ਕਿ ਇਹ ਜਿਹੜਾ ਤਰੀਕਾ ਜਿਹੜਾ ਇਹ ਬੰਦ ਕਰ ਲਿਆ ਜਾਵੇ